ਦੀਪ ਸਿੱਧੂ ਕੇਸ ਵਿੱਚ ਬਹੁਤ ਵੱਡਾ ਖੁਲਾਸਾ ਉੱਭਰ ਕੇ ਆਇਆ ਹੈ ਜਿਸ ਉਤੇ ਪੁਲਸ ਗੌਰ ਕਰਨਾ ਹੀ ਨਹੀਂ ਚਾਹੁੰਦੀ ਪਰ ਜੇਕਰ ਤੁਸੀਂ ਇਹਨਾਂ ਗੱਲਾਂ ਤੇ ਜਰਾ ਜਿਹਾ ਵੀ ਗੌਰ ਕਰੋਗੇ ਤਾਂ ਤੁਸੀਂ ਖੁਦ ਕਹੋਗੇ ਕਿ ਇਹ ਦੀਪ ਸਿੱਧੂ ਦਾ ਐਕਸੀਡੈਂਟ ਨਹੀਂ ਕਤਲ ਹੋਇਆ ਹੈ ਸੋਚੀ ਸਮਝੀ ਸਾਜ਼ਿਸ਼ ਹੈ ਤੇ ਉਸ ਦੀ ਮੌਤ ਤੇ ਖੁਸ਼ ਹੋਣ ਵਾਲੇ ਵੀ ਇਹ ਕਹਿਣਗੇ ਕਿ ਇਹ ਕੋਈ ਹਾਦਸਾ ਨਹੀਂ ਅਜਿਹਾ ਕਿਸੇ ਨਾਲ ਵੀ ਹੋ ਸਕਦਾ ਹੈ ਤੁਸੀਂ ਇਹ ਖੁਲਾਸੇ ਸੁਣ ਕੇ ਸੋਚਣ ਲਈ ਮਜਬੂਰ ਹੋ ਜਾਓਗੇ ਕਿ ਪੰਜਾਬ ਨੂੰ ਖਤਮ ਤੇ ਕਮਜ਼ੋਰ ਕਰਨ ਲਈ ਜੋਰ ਪਾਇਆ ਜਾ ਰਿਹਾ ਹੈ ਇਹ ਕੋਈ ਅਫਵਾਹ ਨਹੀਂ ਸਗੋਂ ਸੱਚ ਹੈ ਪੰਜਾਬੀਓ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਦੀਪ ਸੁੱਧੂ ਦੀ ਮਤ ਨੂੰ ਅਜਾਈ ਨਾ ਜਾਣ ਦਿਓ ਅੱਜ ਹੀ ਹੁਣ ਇੱਕ ਗੱਲ ਤੇ ਖਾਸ ਕਰਕੇ ਗੌਰ ਕਰਨੀ ਹੈ ਕਿ ਜੋ ਕਿ ਸਿੱਧੇ ਤੇ ਅਸਿੱਧੇ ਢੰਗ ਨਾਲ ਇਸ ਘਟਨਾ ਦੀਆਂ ਜੜ੍ਹਾਂ ਨਾਲ ਜੁੜੀ ਹੋਈ ਹੈ ਜਾਂ ਫਿਰ ਕਹਿ ਸਕਦੇ ਹਾਂ ਕਿ ਇਸ ਘਟਨਾ ਦੀ ਜੜ੍ਹ ਹੀ ਇਹ ਮੁੱਦਾ ਹੈ ਕਿਸਾਨ ਮੋਰਚੇ ਦੌਰਾਨ ਜਦੋਂ 26 ਜਨਵਰੀ ਦੀ ਘਟਨਾ ਹੁੰਦੀ ਹੈ ਤਾਂ ਦੀਪ ਸਿੱਧੂ ਤੇ ਪਰਚਾ ਹੋਣ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਜੇਲ੍ਹ ਦੇ ਵਿੱਚ ਕਾਫੀ ਸਮਾਂ ਦੀਪ ਸਿੱਧੂ गुजारਦਾ ਹੈ ਜਿਸ ਤੋਂ ਬਾਅਦ ਅਦਾਲਤ ਵੱਲੋਂ ਉਸ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ ਜ਼ਮਾਨਤ ਮੇਲ ਤੇ ਉਸ ਨੂੰ ਕੁਝ ਸ਼ਰਤਾਂ ਦਿੱਤੀਆਂ ਗਈਆਂ ਜਿਨ੍ਹਾਂ ਦੇ ਵਿੱਚੋਂ ਇੱਕ ਸ਼ਰਤ ਸੀ ਜੋ ਕਿ ਬਹੁਤ ਵੱਡੀ ਸੀ ਕਿ ਦੀਪ ਸਿੱਧੂ 24 ਘੰਟੇ ਆਪਣੇ ਫੋਨ ਦੀ ਲੋਕੇਸ਼ਨ ਔਨ ਰੱਖੇਗਾ ਹੁਣ ਤੁਸੀਂ ਸਾਫ਼ ਸਮਝ ਗਏ ਹੋਵੋਗੇ ਕਿ ਜਿੱਥੇ-ਜਿੱਥੇ ਦੀਪ ਸਿੱਧੂ ਜਾਂਦਾ ਸੀ ਉਸ ਦੀ ਲੋਕੇਸ਼ਨ ਦਾ ਆਸਾਨੀ ਨਾਲ ਪਤਾ ਲਗਾਇਆ ਜਾ ਸਕਦਾ ਸੀ ਸਰਕਾਰ ਵੱਲੋਂ ਕਿ ਉਹ ਕਿੱਥੇ ਹੈ ਅਤੇ ਕਿੱਥੇ ਜਾ ਰਿਹਾ ਹੈ ਅਤੇ ਕਿਸ ਰੋਡ ਉੱਤੇ ਉਹ ਜਾ ਰਿਹਾ ਹੈ ਇਸ ਦੀ ਸਾਰੀ ਜਾਣਕਾਰੀ ਸਰਕਾਰ ਨੂੰ ਸੀ ਅਤੇ ਏਜੰਸੀਆਂ ਨੂੰ ਇਸ ਗੱਲ ਦੀ ਬਹੁਤ ਵੱਡੀ ਕਾਮਯਾਬੀ ਵੀ ਮਿਲੀ। ਹੁਣ ਤੁਸੀਂ ਸਾਫ਼ ਸਮਝ ਗਏ ਹੋਗੇ ਕਿ ਦੀਪ ਸਿੱਧੂ ਨੇ ਕਿਉਂ ਕਿਹਾ ਸੀ ਕਿ ਉਸ ਦੇ ਪਿੱਛੇ ਬੰਦੇ ਲਗਾ ਦੇਣੇ ਹਨ ਤੇ ਇੱਕ ਦਿਨ ਉਸ ਨੂੰ ਖਤਮ ਕਰ ਦਿੱਤਾ ਜਾਵੇਗਾ। ਦੀਪ ਸਿੱਧੂ ਨੇ ਵੀਡੀਓ ਬਣਾ ਕੇ ਇਹ ਗੱਲ ਕਿਉਂ ਕਹੀ? ਇਹ ਅਸੀਂ ਸਭ ਹੁਣ ਤੱਕ ਸਮਝ ਹੀ ਚੁੱਕੇ ਹੋਵਾਂਗੇ। ਦੂਸਰੀ ਗੱਲ ਕਰੋੜਾਂ ਦੀਆਂ ਸਪੋਰਟਸ ਕਾਰਾਂ ਚਲਾਉਣ ਵਾਲੇ ਦੀਪ ਸਿੱਧੂ ਤੋਂ ਤੁਸੀਂ ਇਹ ਉਮੀਦ ਕਰ ਸਕਦੇ ਹੋ ਕਿ ਉਹ ਸਾਫ ਸੁਥਰੀ ਸੜਕ ਤੇ ਡਰਾਈਵਰ ਵਾਲੇ ਪਾਸਿਓਂ ਖੱਬੇ ਪਾਸੇ ਨੂੰ ਟਰੱਕ ਵਿੱਚ ਟੱਕਰ ਮਾਰੇਗਾ ਉਹ ਵੀ ਉਹ ਡਰਾਈਵਰ ਜੋ ਮੁੰਬਈ ਤੋਂ ਦਿੱਲੀ ਤੱਕ ਖੁਦ ਚਲਾ ਕੇ ਗੱਡੀ ਲੈ ਆਇਆ ਸੀ ਇੱਕ ਨਵਾਂ ਡਰਾਈਵਰ ਵੀ ਜਾਣਦਾ ਹੈ ਕਿ ਅੱਗੇ ਜਾਂਦੀ ਗੱਡੀ ਨੂੰ ਓਵਰਟੇਕ ਕਰਨਾ ਹੋਵੇ ਤਾਂ ਸੱਜੇ ਪਾਸੇ ਤੋਂ ਕੀਤਾ ਜਾਂਦਾ ਹੈ ਨਾ ਕਿ ਖੱਬੇ ਪਾਸੇ ਤੋਂ ਕੀਤਾ ਜਾਂਦਾ ਹੈ ਇਹ ਵੀ ਪੁਆਇੰਟ ਸੋਚਣ ਵਾਲਾ ਹੈ ਹੁਣ ਤੁਸੀਂ ਇਹ ਗੱਲ ਸੁਣ ਕੇ ਸੁੱਤੀਨੀ ਚੋਂ ਬਾਹਰ ਆਉਗੇ ਕਿ ਜਦੋਂ ਤੁਸੀਂ ਸੁਣੋਗੇ ਕਿ ਪੋਸਟਮਾਰਟਮ ਦੀ ਰਿਪੋਰਟ ਕੋਰ ਵਿੱਚ ਤਾਂ ਇਹ ਲਿਖਿਆ ਗਿਆ ਸੀ ਕਿ ਦੀਪ ਸਿੱਧੂ ਦੀ ਮੌਤ ਸਿਰ ਦੀ ਛੱਟ ਲੱਗਣ ਕਾਰਨ ਹੋਈ ਹੈ ਲੇਕਿਨ ਦੀਪ ਸਿੱਧੂ ਦੀ ਬੋਡੀ ਨੂੰ ਕੋਲੋਂ ਵੇਖਣ ਵਾਲੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਦੱਸਿਆ ਹੈ ਕਿ ਦੀਪ ਸਿੱਧੂ ਦੇ ਮੱਥੇ ਤੇ ਇੱਕ 2 ਉਂਗਲਾਂ ਚੌੜਾ ਗਹਿਰਾ ਨਿਸ਼ਾਨ ਸੀ ਉਹ ਨਿਸ਼ਾਨ ਦੀਪ ਸਿੱਧੂ ਦੇ ਮੱਥੇ ਤੇ ਕਿਵੇਂ ਆਇਆ ਉਹ ਨਿਸ਼ਾਨ ਕਿਸੇ ਵੀ ਇਨਸਾਨ ਤੇ ਤਾਂ ਪੈ ਸਕਦਾ ਹੈ ਜੇਕਰ ਕੋਈ सरिया ਜਾਂ ਲੋਹੇ ਦੀ ਰਾੜ ਉਸ ਦੇ ਮੱਥੇ ਤੇ ਜ਼ੋਰਦਾਰ ਵੱਜੀ ਹੋਵੇ ਪਰ ਐਕਸੀਡੈਂਟ ਦੌਰਾਨ ਟਰੱਕ ਵਿੱਚ ਅਜਿਹਾ ਕੋਈ ਵੀ ਸਮਾਨ ਲੱਦਿਆ ਹੋਇਆ ਨਹੀਂ ਸੀ ਜਿਸ ਨਾਲ ਦੀਪ ਸਿੱਧੂ ਦੇ ਮੱਥੇ ਤੇ ਐਡਾ ਗਹਿਰਾ ਨਿਸ਼ਾਨ ਪੈ ਸਕਦਾ ਹੋਵੇ ਤੁਹਾਡੀ ਜਾਣਕਾਰੀ ਲਈ ਇਹ ਕਲੀਅਰ ਕਰ ਦਿੱਤਾ ਜਾਵੇ ਤਾਂ ਫਿਰ ਉਹ ਨਿਸ਼ਾਨ ਕਿਸੇ ਗੋਲੀ ਦਾ ਸੀ ਇਹ ਵੀ ਸਮਝ ਸਕਦੇ ਹਾਂ ਸ਼ਾਇਦ ਦੀਪ ਸਿੱਧੂ ਨੂੰ ਪਹਿਲਾਂ ਗੋਲੀ ਮਾਰੀ ਗਈ ਹੋਵੇ ਅਤੇ ਉਸ ਤੋਂ ਬਾਅਦ ਹਾਦਸੇ ਦਾ ਨਾਟਕ ਰਚਾਇਆ ਗਿਆ ਹੋਵੇ ਇਹ ਵੀ ਖਦਸ਼ਾ ਜਿਤਾਇਆ ਜਾ ਰਿਹਾ ਹੈ ਟਰੱਕ ਚਲਾਉਣ ਵਾਲੇ ਡਰਾਈਵਰ ਕਾਸਿਮ ਨੇ ਅਜਿਹਾ ਵੀ ਦੱਸਿਆ ਹੈ ਜੋ ਕਿ ਬਹੁਤ ਹੈਰਾਨ ਕਰਨ ਵਾਲਾ ਹੈ ਡਰਾਈਵਰ ਕਾਸਿਮ ਨੇ ਦੱਸਿਆ ਕਿ ਜਦੋਂ ਸਕੋਰਪੀਓ ਕਾਰ ਦਾ ਟਰੱਕ ਨਾਲ ਐਕਸੀਡੈਂਟ ਹੋਇਆ ਤਾਂ ਸਕੋਰਪੀਓ ਕਾਰ ਦਾ ਡਰਾਈਵਰ ਚੰਗਾ ਪਲਾ ਸੀ ਤੇ ਉਸ ਨੂੰ ਕੁਝ ਵੀ ਨਹੀਂ ਹੋਇਆ ਸੀ ਦੂਸਰੀ ਵੱਡੀ ਗੱਲ ਕਾਸਮ ਨੇ ਇਹ ਵੀ ਦੱਸੀ ਕਿ ਸਕੋਰਪੀਓ ਕਾਰ ਵਿੱਚ ਸਿਰਫ ਇੱਕ ਹੀ ਇਨਸਾਨ ਮੌਜੂਦ ਸੀ ਤਾਂ ਫਿਰ ਉਸ ਦੀ ਮਹਿਲਾ ਦੋਸਤ ਰੀਨਾ ਰੌਏ ਕਾਰ ਦੇ ਵਿੱਚ ਕਿਵੇਂ ਆ ਗਈ ਤੇ ਇਹ ਗੱਲ ਨਿਕਲ ਕੇ ਵੀ ਆਉਂਦੀ ਹੈ ਕਿ ਉਹ ਟੋਲ ਪਲਾਜ਼ਾ ਜਿੱਥੇ ਦੀਪ ਦੀ ਗੱਡੀ ਨਿਕਲੀ ਸੀ ਉਸ ਦੀ ਸੀਸੀਟੀਵੀ ਫੁਟੇਜ ਦੇ ਵਿੱਚ ਵੀ ਦੀਪ ਸਿੱਧੂ ਕਾਰ ਦੇ ਵਿੱਚ ਇਕੱਲਾ ਹੀ ਨਜ਼ਰੀ ਪੈਂਦਾ ਹੈ ਉਸ ਦੇ ਨਾਲ ਰੀਨਾ ਰੌਏ ਨਹੀਂ ਸੀ ਇਸ ਦਾ ਮਤਲਬ ਇਸ ਵਿੱਚ ਗਹਿਰੀ ਚਾਲ ਚੱਲੀ ਜਾ ਰਹੀ ਹੈ ਗੱਡੀ ਦੀ ਡਰਾਈਵਰ ਸਾਈਡ ਬਿਲਕੁਲ ਖਤਮ ਹੋਈ ਨਜ਼ਰੀ ਪੈਂਦੀ ਹੈ ਅਤੇ ਕੰਡਕਟਰ ਸਾਈਡ ਨੂੰ ਕੁਝ ਵੀ ਨਹੀਂ ਹੋਇਆ ਦੀਪ ਸਿੱਧੂ ਦੀ ਐਕਸੀਡੈਂਟ ਵਿੱਚ ਦਰਦਨਾਕ ਮੌਤ ਹੋਈ ਅਤੇ ਰੀਨਾ ਰੌਏ ਦੇ ਇੱਕ ਤ੍ਰੀਟ ਤੱਕ ਨਹੀਂ ਵਜੀ ਇਹ ਵੀ ਗੱਲ ਸੋਚਣ ਵਾਲੀ ਹੈ ਕਿ ਇਹ ਕਿਵੇਂ ਹੋ ਸਕਦਾ ਹੈ ਇੰਨੀ ਜ਼ੋਰਦਾਰ ਟੱਕਰ ਵਜੀ ਹੋਈ ਹੋਵੇ ਇੰਨਾ ਜ਼ੋਰ ਦਾ ਝਟਕਾ ਵੱਜਾ ਹੋਵੇ ਤੇ ਤਾਂ ਹੋਂਦਾ ਇੱਕ ਮਣਕਾ ਤੱਕ ਨਾ ਟੁੱਟਾ ਹੋਵੇ ਅਤੇ ਲੱਤਾਂ ਬਾਹਾਂ ਤੇ ਇੱਕ ਤ੍ਰੀਟ ਤੱਕ ਨਾ ਆਈ ਹੋਵੇ ਅਤੇ ਇਨਸਾਨ ਦੀ ਮੌਤ ਹੋ ਜਾਂਦੀ ਹੈ ਇਹ ਨਾ ਮੁਮਕਿਨ ਜਿਹਾ ਲੱਗ ਰਿਹਾ ਹੈ ਸੋਚਣ ਵਾਲੀ ਗੱਲ ਹੈ ਆਪ ਸਭ ਨੇ ਵੇਖਿਆ ਹੋਵੇਗਾ ਕਿ ਗੱਡੀ ਦੀ ਡਰਾਈਵਰ ਸਾਈਡ ਬਿਲਕੁਲ ਖਤਮ ਹੋ ਚੁੱਕੀ ਹੈ ਪਰ ਦੀਪ ਸਿੱਧੂ ਦੀਆਂ ਲੱਤਾਂ ਬਾਹਾਂ ਨੂੰ ਇੱਕ ਤਰੀਟ ਤੱਕ ਨਹੀਂ ਆਈ ਬਿਲਕੁਲ ਸੁਰੱਖਿਤ ਸਨ ਸੋ ਇਸ ਤਰ੍ਹਾਂ ਦੇ ਐਕਸੀਡੈਂਟ ਵਿੱਚ ਲੱਤਾਂ ਬਾਹਾਂ ਬਚਣੀਆਂ ਨਾ ਮੁਮਕਿਨ ਜਿਹਾ ਲੱਗ ਰਿਹਾ ਹੈ ਇੱਕ ਹੋਰ ਗੱਲ ਨਿਕਲ ਕੇ ਸਾਹਮਣੇ ਆਈ ਹੈ ਦੀਪ ਸਿੱਧੂ ਆਪਣੇ ਸੀਟ ਉੱਪਰ ਉਲਟਾ ਲੰਮਕਿਆ ਹੋਇਆ ਹੈ ਇੱਥੇ ਇਹ ਸੋਚਣ ਵਾਲੀ ਗੱਲ ਹੈ ਕਿ ਸੀਟ ਬੈਲਟ ਲੱਗੇ ਹੋਣ ਦੇ ਬਾਵਜੂਦ ਵੀ ਐਕਸੀਡੈਂਟ ਤੋਂ ਬਾਅਦ ਇਨਸਾਨ ਆਪਣੀ ਸੀਟ ਤੇ ਉਲਟਾ ਕਿਵੇਂ ਹੋ ਸਕਦਾ ਹੈ ਤੁਸੀਂ ਵੀ ਦੇਖਤੇ ਸੋਚ ਸਕਦੇ ਹੋਗੇ ਜਦੋਂ ਦੀਪ ਸਿੱਧੂ ਦੀਆਂ ਪਹਿਲੀਆਂ ਫੋਟੋਆਂ ਸਾਹਮਣੇ ਆਈਆਂ ਤਾਂ ਉਸ ਵਿੱਚ ਦੀਪ ਸਿੱਧੂ ਦੀ ਸੀਟ ਬੈਲਟ ਲੱਗੀ ਹੋਈ ਸੀ ਹੁਣ ਤੁਸੀਂ ਆਪ ਸੋਚੋ ਤੇ ਖੁਦ ਗੱਡੀ ਦੇ ਵਿੱਚ ਸੀਟ ਬੈਲਟ ਲਗਾ ਕੇ ਵੇਖੋ ਕਿ ਐਕਸੀਡੈਂਟ ਤੇ ਸੀਟ ਬੈਲਟ ਲਗਾਇਆ ਹੋਇਆ ਬੰਦਾ ਐਡੀ ਜ਼ੋਰ ਦੀ ਸਟੀਅਰਿੰਗ ਤੇ ਵਜ ਸਕਦਾ ਹੈ ਕਿ ਜਿਸ ਦੇ ਨਾਲ ਉਸ ਦੀ ਮੌਤ ਹੀ ਹੋ ਜਾਵੇ ਜੇਕਰ ਅਜਿਹਾ ਹੁੰਦਾ ਹੈ ਤਾਂ ਸੀਟ ਬੈਲਟ ਤੇ ਇਨੇ ਮੋٹے ਮੋٹے ਚਲਾਨ ਸਰਕਾਰਾਂ ਕਿਉਂ ਕਰਦੀਆਂ ਹਨ ਅੱਜਕੱਲ੍ਹ ਦੀਆਂ ਗੱਡੀਆਂ ਵਿੱਚ 에어 ਬੈਗ ਦੀ ਸਹੂਲਤ ਤਾਂ ਸਭ ਤੋਂ ਪਹਿਲਾਂ ਹੁੰਦੀ ਹੈ ਇੱਕ ਹੋਰ ਗੱਲ ਕਿ ਦੀਪ ਸਿੱਧੂ ਦੇ ਕਾਰ ਦੇ 에어 ਬੈਗ ਖੁੱਲੇ ਸਨ ਕਿ ਨਹੀਂ 에어 ਬੈਗ ਮੌਤੇਦਾਰ ਨੂੰ 80% ਤੱਕ ਘਟਾ ਦਿੰਦੇ ਹਨ ਤਾਂ ਫਿਰ ਦੀਪ ਸਿੱਧੂ ਦੀ ਗੱਡੀ ਦੇ 에어 ਬੈਗ ਖੁੱਲੇ ਜਾਂ ਫਿਰ ਨਹੀਂ ਜੇਕਰ ਨਹੀਂ ਖੁੱਲੇ ਤਾਂ ਉਹ ਫਿਰ ਕਿਉਂ ਨਹੀਂ ਖੁੱਲੇ ਕਿਉਂਕਿ ਜਰਾ ਜਿੰਨੇ ਵੀ ਟੱਕਰ ਵੱਜਣ ਤੇ ਇਹ 에어 ਬੈਗ ਆਪਣਾ ਕੰਮ ਬਖਾਉਂਦੇ ਹਨ ਸਭ ਤੋਂ ਵੱਡੀ ਗੱਲ ਟਰੱਕ ਦਾ ਡਰਾਈਵਰ ਕਾਸਮ ਨੇ ਅਦਾਲਤ ਵਿੱਚ ਇਹ ਕਿਹਾ ਕਿ ਉਸ ਨੂੰ ਖਸਾ ਹੈ ਕਿ ਉਸ ਦਾ ਵੀ ਕਤਲ ਕਰ ਦਿੱਤਾ ਜਾਵੇਗਾ ਹੁਣ ਟਰੱਕ ਡਰਾਈਵਰ ਕਾਸਮ ਦਾ ਕਤਲ ਕੌਣ ਕਰ ਸਕਦਾ ਹੈ ਇਹ ਤੁਹਾਨੂੰ ਦੱਸਣ ਜਾਂ ਬੋਲਣ ਦੀ ਲੋੜ ਨਹੀਂ ਤੁਸੀਂ ਸਾਰੇ ਖੁਦ ਸਮਝਦਾਰ ਹੋ ਜਿੱਥੇ આજ ਤੱਕ ਟੋਲ ਪਲਾਜ਼ੇ ਦੀ ਕੋਈ ਵੀ ਸੀਸੀਟੀਵੀ ਫੁਟੇਜ ਜਨ ਤੱਕ ਨਹੀਂ ਕੀਤੀ ਗਈ ਉਥੇ ਇਸ ਘਟਨਾ ਨੂੰ ਸਿਰਫ ਐਕਸੀਡੈਂਟ ਦੱਸਣ ਵਿੱਚ ਪੁਲਿਸ ਜ਼ੋਰ ਪਾ ਰਹੀ ਹੈ ਇੱਕ ਪਾਸੇ ਉਸ ਦਿਨ ਇਹ ਕਿਹਾ ਜਾ ਰਿਹਾ ਸੀ ਕਿ ਰੀਨਾ ਰੌਏ ਜ਼ਖਮੀ ਹੈ ਅਤੇ ਉਹ ਬਿਆਨ ਦੇ ਦੀ ਹਾਲਤ ਵਿੱਚ ਨਹੀਂ ਹੈ ਉਥੇ 20 ਮਿੰਟ ਬਾਅਦ ਹੀ ਰੀਨਾ ਰੌਏ ਦਾ ਬਿਆਨ ਆ ਜਾਂਦਾ ਹੈ ਜੋ ਇਸ ਘਟਨਾ ਨੂੰ ਸਿਰਫ ਐਕਸੀਡੈਂਟ ਦਰਸਾਉਣ ਲਈ ਜ਼ੋਰ ਪਾ ਰਿਹਾ ਸੀ ਇਹ ਸਭ ਕੁਝ ਕੀ ਵਾਪਰ ਰਿਹਾ ਹੈ ਅਸੀਂ ਸਾਰੇ ਦੇਖ ਹੀ ਰਹੇ ਹਾਂ ਇੱਥੇ ਇੱਕ ਹੋਰ ਗੱਲ ਆਪ ਸਭ ਨੇ ਦੇਖੀ ਹੋਵੇਗੀ ਕਿ ਦੀਪ ਸਿੱਧੂ ਨੂੰ ਨਸ਼ਈ ਜਾਂ ਨਸ਼ੇ ਦਾ ਆਦੀ ਦਰਸਾਉਣ ਵਿੱਚ ਕੋਈ ਕਮੀ ਨਹੀਂ ਛੱਡੀ ਜਾ ਰਹੀ ਹੈਰਾਨਗੀ ਦੀ ਗੱਲ ਇਹ ਹੈ ਕਿ ਉਸ ਦੀ ਗੱਡੀ ਵਿੱਚੋਂ ਇੱਕ ਵਾਈਨ ਦੀ ਬੋਤਲ ਦਾ ਮਿਲਣਾ ਅਤੇ ਉਹ ਬੋਤਲ ਦਾ ਢੱਕਣ ਤੱਕ ਵੀ ਨਹੀਂ ਟੁੱਟਾ ਹੋਇਆ ਅਤੇ ਦੀਪ ਸੁੱਧੂ ਦੀ ਇਹ ਦੀ ਦਰਦਨਾਕ ਮੌਤ ਹੋ ਚੁੱਕੀ ਇਹ ਸਭ ਸਵਾਲਾਂ ਦੇ ਢੇਰੇ ਵਿੱਚ ਆਉਂਦਾ ਹੈ। ਕੁੱਲ ਮਿਲਾ ਕੇ ਪੰਜਾਬ ਨੇ ਇੱਕ ਹੋਰ ਹੀਰਾ ਖੋ ਲਿਆ। ਕਈ ਲੋਕ ਦੀਪ ਸੁੱਧੂ ਦੀਆਂ ਗੱਲਾਂ ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਕਰਦੇ ਸਨ। ਇਸ ਦਾ ਵੱਡਾ ਇਹ ਕਾਰਨ ਸੀ ਕਿ ਪੰਜਾਬ ਨੇ ਆਪਣੇ ਆ ਹੀ ਹੱਥੋਂ ਬਹੁਤ ਠੋਕਰਾਂ ਖਾਧੀਆਂ। ਪੰਜਾਬ ਨਾਲ ਹਮੇਸ਼ਾ ਹੀ ਵਿਸ਼ਵਾਸ ਘਾਤ ਹੀ ਹੋਇਆ ਸੋ ਪਿਆਰਿਓ ਦੀਪ ਸਿੱਧੂ ਤਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਚਲੇ ਗਿਆ ਪਰ ਉਸ ਦੀ ਸੋਚ ਨੇ ਘਰ ਘਰ ਵਿੱਚ ਜਨਮ ਲੈ ਲਿਆ